ਤੁਹਾਡੀ ਆਂਟੀ ਮੋਟਰ ਕਿੱਧਰ ਨੂੰ ਪੈਂਦੀ ਆ? ਕੀ ਗੱਲ ਪੁੱਤ, ਕੰਮ ਹੈ ਕੋਈ? ਹਾਂਜੀ ਆਂਟੀ, ਥੋੜਾ ਜ਼ਰੂਰੀ ਕੰਮ ਸੀ ਮੈਨੂੰ ਉਸ ਨਾਲ। ਮੈਂ ਹਰਭਜਨ ਦਾ ਨੰਬਰ ਦੇ ਦੇਣੀ ਆ ਪੁੱਤ ਤੈਨੂੰ। ਨਹੀਂ ਆਂਟੀ, ਉਹਦਾ ਕੰਮ ਕੇ ਛੁਡਵਾਉਣਾ, ਮੈਂ ਜਾ ਰਹੀ ਸੀ, ਰਸਤੇ 'ਚ ਮਿਲ ਲੂੰਗੀ ਉਹਨੂੰ। ਤੁਸੀਂ ਮੈਨੂੰ ਬਸ ਇਹ ਦੱਸ, ਤੁਹਾਡੀ ਮੋਟਰ ਕਿੱਧਰ ਨੂੰ ਪੈਂਦੀ ਹੈ? ਤੈਨੂੰ ਸੱਚੀ ਲੱਗਦਾ ਮੈਂ ਤੈਨੂੰ ਛੱਡ ਕੇ ਕਿਸੇ ਹੋਰ ਨਾਲ ਵਿਆਹ ਕਰਵਾ ਲਊਂਗੀ? ਉਹਨੂੰ ਕੁਝ ਵੀ ਹੋ ਸਕਦਾ, ਤੇਰਾ ਵਿਆਹ ਹੋਣਾ ਕਿਹੜਾ ਕੋਈ ਵੱਡੀ ਗੱਲ ਆ? ਜੇ ਮੈਂ ਵਿਆਹ ਕਰਵਾਉਣਾ ਨਾ, ਸਿਰਫ ਤੇਰੇ ਨਾਲ ਹੀ ਕਰਵਾਉਂਗੀ, ਨਹੀਂ ਤਾਂ ਸਾਰੀ ਉਮਰ ਕੁਆਰੀ ਰਹਿ ਜਾਊਂਗੀ। ਹਾਂ ਜੀ ਕਾਕਾ ਜੀ, ਕਿਵੇਂ ਯਾਦ ਕਰਿਆ? ਵਿਚੋਲਿਆਂ ਨੂੰ ਕੋਈ ਕਿਵੇਂ ਯਾਦ ਕਰਦਾ ਹੁੰਦਾ ਜੀ, ਤੁਹਾਨੂੰ ਤਾਂ ਪਤਾ ਹੀ ਆ, ਤੁਸੀਂ ਤਾਂ ਸਮਝਦਾਰੀ ਹੋ। ਅੱਛਾ ਅੱਛਾ, ਤੁਸੀਂ ਬਣਾ ਲਈ ਫਿਰ ਸਲਾਹ ਰਿਸ਼ਤਾ ਲੈਣ ਦੀ? ਮੈਂ ਤੁਹਾਨੂੰ ਕਿਹਾ ਸੀ ਵੀ ਵਧੀਆ ਰਿਸ਼ਤਾ ਲੈ ਲਓ ਤੁਸੀਂ। ਮੈਂ ਉਹ ਰਿਸ਼ਤਾ ਨਹੀਂ ਲੈਣਾ ਜੀ ਜਿਹੜਾ ਤੁਸੀਂ ਦੱਸਦੇ ਸੀ। ਫਿਰ ਕਿਹੜਾ ਰਿਸ਼ਤਾ ਲੈਣਾ? ਤੁਸੀਂ ਐਵੇਂ ਕਰੋ, ਮੇਰੇ ਘਰ ਹੀ ਆ ਜਾਓ, ਆਪਾਂ ਮਿਲ ਕੇ ਗੱਲ ਕਰਦੇ ਹਾਂ। ਵੀਰੇ ਮੈਨੂੰ ਇੱਕ ਗੱਲ ਦੱਸ, ਜੇ ਮੈਂ ਸੋਹਣੀ ਹੀ ਨਹੀਂ ਹੈਗੀ, ਕਿਸੇ ਦੇ ਪਸੰਦ ਹੀ ਨਹੀਂ ਆਉਂਦੀ, ਫਿਰ ਤੁਸੀਂ ਮੈਨੂੰ ਬਾਰ ਬਾਰ ਲੈ ਜਾ ਕੇ ਜਲੀਲ ਕਿਉਂ ਕਰਦੇ ਹੋ? ਚਲੋ ਭਾਈ, ਆਪਾਂ ਨੇ ਅੱਗੇ ਵੀ ਜਾਣਾ, ਕੁੜੀ ਦੀ ਦੇਖ ਦਿਖਾਈ ਵੀ ਕਰਵਾਉਣੀ ਹੈ, ਹੋ ਸਕਦਾ ਕੰਮ ਆਪਣਾ ਠੀਕ ਹੀ ਆ ਜਾਵੇ। ਪਰਾਂਠੇ ਜੀ ਤੁਸੀਂ ਚਾਹ ਤਾਂ ਪੀ ਲਓ, ਮੈਂ ਹੁਣੇ ਬਣਾ ਕੇ ਲੈ ਕੇ ਆਉਂਦੀ ਹਾਂ। ਬਸ ਭਾਈ, ਸਾਨੂੰ ਹੋਰ ਵੀ ਕੰਮ ਨੇ ਬਹੁਤ। ਨਾ, ਮੈਂ ਨਹੀਂ ਕੁੜੀ ਦਿਖਾਉਣੀ ਹੈਗੀ, ਜਿਹਾ ਜਿਹਾ ਰਿਸ਼ਤਾ ਤੂੰ ਮੁੰਡੇ ਵਾਸਤੇ ਲੈ ਕੇ ਆਇਆ, ਇਹੋ ਜਿਹੀ ਕੁੜੀ ਵਾਸਤੇ ਲੈ ਕੇ ਆਇਆ ਹੋਵੇਗਾ। ਮੈਨੂੰ ਨਹੀਂ ਇਹ ਗੱਲਾਂ ਚੰਗੀਆਂ ਲੱਗਦੀਆਂ। ਮੈਂ ਐਮ ਏ ਬੀ ਐਡ ਕੀਤੀ ਹੋਈ ਹੈ। ਰਣਦੀਪ ਜੀ, ਮੈਂ ਤੁਹਾਨੂੰ ਇੱਕ ਗੱਲ ਕਹਿਣੀ ਸੀ। ਤੁਸੀਂ ਇਹ ਕਹਿਣਾ ਹੋਏਗਾ ਕਿ ਮੈਂ ਤੁਹਾਨੂੰ ਪਸੰਦ ਨਹੀਂ, ਮੇਰਾ ਰੰਗ ਕਾਲਾ ਹੈ। ਬਸ ਤੁਸੀਂ ਜੱਜ ਦੇ ਬਹੁਤ ਹੋ, ਸੱਚ ਦੱਸਾਂ ਮੈਨੂੰ ਪਹਿਲੀ ਨਜ਼ਰ ਤੁਹਾਡਾ ਪਿਆਰ ਹੋ ਗਿਆ ਸੀ। ਮਤਲਬ ਤੁਹਾਡੀ ਹਾਂ ਇਸ ਰਿਸ਼ਤੇ ਲਈ? ਹਾਂਜੀ ਮੇਰੀ ਹਾਂ ਹੈ, ਪਰ ਤੁਹਾਡੀ ਹਾਂ ਦਾ ਇੰਤਜ਼ਾਰ। ਹੈਲੋ, ਤੂੰ ਦੱਸਿਆ ਨਹੀਂ ਮੰਮੀ ਕੀ ਕਹਿੰਦੇ ਸੀ ਆਪਣੇ ਵਿਆਹ ਬਾਰੇ। ਆਪਾਂ ਮਿਲ ਕੇ ਗੱਲ ਕਰਦੇ ਆ, ਫੋਨ ਤੇ ਤੈਨੂੰ ਸਮਝ ਨਹੀਂ ਲੱਗਣੀ। ਮੈਂ ਤਾਂ ਫ੍ਰੀ ਆ, ਤੂੰ ਦੱਸ ਮੈਂ ਕਿੱਥੇ ਆਵਾਂ? ਚੱਲ ਮੈਂ ਤੈਨੂੰ WhatsApp ਤੇ ਲੋਕੇਸ਼ਨ ਭੇਜਦਾ, ਫਿਰ ਉੱਥੇ ਆ ਜੀ। ਠੀਕ ਆ? ਚੱਲ ਠੀਕ ਹੈ, ਜਲਦੀ ਭੇਜ ਲੋਕੇਸ਼ਨ, ਮੈਂ ਤਾਂ ਭੱਜਦੀ ਆਉਂਗੀ ਬਰੌਲੇ ਵਾਂਗੂ। ਠੀਕ ਆ, ਆ ਜਾ ਫਿਰ। ਚੱਲ ਠੀਕ ਹੈ। ਮਿਲਣ ਲਈ ਹੋਰ ਕੋਈ ਜਗ੍ਹਾ ਨਹੀਂ ਲੱਭੀ ਸੀ, ਕਿੱਥੇ ਜਾੜ ਚ ਬੁਲਾਇਆ ਮੈਨੂੰ? ਕੁਝ ਬੋਲੋ ਤਾਂ ਸੀ, ਕੀ ਹੋਇਆ, ਚੁੱਪ ਕਿਉਂ ਹੋ? ਹੋਈ ਤਾਂ ਸੋਚ ਰਿਹਾ ਕੀ ਬੋਲਾਂ ਤੇ ਕਿਵੇਂ ਬੋਲਾਂ। ਮੈਨੂੰ ਲੱਗਦਾ ਤੁਹਾਡੀ ਮੰਮੀ ਮੰਨੇ ਨਹੀਂ ਵਿਆਹ ਲਈ ਆਪਣੇ। ਹਾਂ ਯਾਰ, ਮੰਮੀ ਨੇ ਮਨਾ ਕਰਤਾ। ਫਿਰ ਤਾਂ ਮੈਨੂੰ ਉਹਰੇ ਬੁਲਾਉਣ ਦਾ ਕੋਈ ਮਤਲਬ ਹੀ ਨਹੀਂ ਸੀ, ਮੈਨੂੰ ਫੋਨ ਤੇ ਹੀ ਦੱਸ ਦਿੰਦੇ, ਘੱਟੋ ਘੱਟ ਮੈਂ ਹਰਟ ਤਾਂ ਨਾ ਹੁੰਦੀ ਜਿੰਨਾ ਉਰੇ ਆ ਕੇ ਹੋਈ ਹਾਂ। ਤੂੰ ਤਾਂ ਯਾਰ ਮੇਰੇ ਤੇ ਐਵੇਂ ਗੁੱਸਾ ਝਾੜ ਰਹੀ ਹੈ ਜੇ ਮੈਂ ਖੁਦ ਮਨਾ ਕਰ ਰਿਹਾ ਵਾਂ। ਮਨ ਤਾਂ ਮੇਰੀ ਮਾਣ ਹੀ ਰਹੀ, ਗੁੱਸਾ ਤੂੰ ਮੇਰੇ ਤੇ ਕੱਢ ਰਹੀ ਆ। ਜੇ ਤੂੰ ਪਿਆਰ ਨਾਲ ਮਨਾਵੇ, ਤੇਰੀ ਮੰਮੀ ਤੇਰੀ ਗੱਲ ਮੋੜੂਗੀ ਥੋੜੀ, ਪਰ ਤੈਨੂੰ ਕੀ ਲੋੜ ਆ? ਆ ਗਿਆ ਹੋਣਾ ਕੋਈ ਰਿਸ਼ਤਾ, ਲੈਣ ਲੱਗ ਗਿਆ ਹੋਣਾ ਨਵੀਆਂ ਦੇ ਸੁਪਨੇ। ਓ ਯਾਰ, ਨਾ ਤਾਂ ਮੈਂ ਕਿਸੇ ਦੇ ਸੁਪਨੇ ਲੈਣ ਲੱਗਿਆ ਤੇ ਨਾ ਮੈਨੂੰ ਕੋਈ ਰਿਸ਼ਤਾ ਆਇਆ, ਮੈਂ ਤਾਂ ਭੈਣ ਦੇ ਰਿਸ਼ਤੇ ਕਰਕੇ ਬਿਜੀ ਸੀ, ਭੈਣ ਦਾ ਰਿਸ਼ਤਾ ਪੱਕਾ ਹੋ ਗਿਆ। ਫਿਰ ਤਾਂ ਕੰਗ੍ਰੈਚੁਲੇਸ਼ਨਸ, ਵੈਸੇ ਤੁਹਾਡੀ ਭੈਣ ਦੀ ਕਿਸਮਤ ਬਹੁਤ ਚੰਗੀ ਹੈ, ਇੰਨਾ ਪੱਕਾ ਰੰਗ ਹੋਣ ਦੇ ਬਾਵਜੂਦ ਵੀ ਕਿਸੇ ਨੇ ਪਸੰਦ ਕਰ ਲਈ, ਤੇ ਮੇਰਾ ਰੰਗ ਇੰਨਾ ਸਾਫ਼, ਕਿਸੇ ਨੂੰ ਪਸੰਦ ਹੀ ਨਹੀਂ ਆਈ ਮੈਂ। ਫਿਰ ਤੂੰ ਮੇਰੀ ਭੈਣ ਦੇ ਰਿਸ਼ਤੇ ਦੇ ਹੌਂਕਾ ਨਾ ਲੈ ਲਈ, ਮਸਾ ਮਸਾ ਰਿਸ਼ਤਾ ਮਿਲਿਆ, ਕਿਸੇ ਨਜ਼ਰ ਲਾ ਕੇ ਰੱਖ ਦੇ। ਮੈਂ ਸਿਰਫ ਨੋਰਮਲ ਗੱਲ ਕੀਤੀ ਸੀਗੀ, ਨਾਲੇ ਮੈਂ ਇੰਨੀ ਵੀ ਮਾੜੀ ਨਹੀਂ ਕਿ ਮੈਨੂੰ ਕੋਈ ਰਿਸ਼ਤਾ ਨਾ ਮਿਲੇ, ਰਿਸ਼ਤੇ ਤਾਂ ਮੇਰੇ ਮਗਰ ਮਗਰ ਤੁਰਦੇ ਨੇ, ਉਹ ਤਾਂ ਮੈਂ ਹੀ ਨਹੀਂ ਹਾਂ ਕੀਤੀ ਸੀ ਤੇਰੇ ਨਾਲ ਕਰਾਉਣ ਪਿੱਛੋਂ। ਅੱਛਾ, ਫਿਰ ਹੁਣ ਜੇ ਕੋਈ ਰਿਸ਼ਤਾ ਹੋਊਗਾ ਫਿਰ ਤਾਂ ਕਰਾ ਹੀ ਲਏਂਗੀ। ਜੇ ਤੁਸੀਂ ਮੇਰਾ ਰਿਸ਼ਤਾ ਨਹੀਂ ਲਓਗੇ ਤਾਂ ਮੈਂ ਤੁਹਾਡੀ ਆਸ 'ਤੇ ਸਾਰੀ ਉਮਰ ਕੁਆਰੀ ਥੋੜ੍ਹੀ ਬੈਠੀ ਰਹੂੰਗੀ।
ਓ ਯਾਰ ਮੈਂ ਕਦੋਂ ਕਿਹਾ ਤੂੰ ਮੇਰੀ ਵਾਸਤੇ ਕੁਆਰੀ ਬੈਠ, ਚੱਲ ਲੈ ਲਾ ਰਿਸ਼ਤਾ ਜਿਹੜਾ ਤੈਨੂੰ ਮਿਲਦਾ। ਠੀਕ ਹੈ, ਹੁਣ ਤਾਂ ਮੈਂ ਵਿਆਹ ਕਰਾ ਕੇ ਹੀ ਮਿਲੂੰਗੀ ਤੁਹਾਨੂੰ। ਅੱਛਾ, ਇਹਦਾ ਮਤਲਬ ਤੂੰ ਵਿਆਹ ਕਰਾਉਣ ਤੋਂ ਬਾਅਦ ਵੀ ਮੇਰਾ ਖਹਿੜਾ ਨਹੀਂ ਛੱਡਣਾ, ਵਿਆਹ ਕਰਾ ਕੇ ਵੀ ਮੈਨੂੰ ਹੀ ਮਿਲਣਾ ਆਇਆ ਕਰੇਂਗੀ। ਤੇਰੇ ਨਾਲ ਕੌਣ ਬਹਿਸ ਕਰੇ, ਵੈਸੇ ਵੀ ਤੂੰ ਮੇਰਾ ਲੱਗਦਾ ਹੀ ਕੀ ਹੈ। ਓਏ ਚੱਲ ਕੋਈ ਨਾ, ਕਿਉਂ ਗੁੱਸਾ ਕਰਦੀ ਹੈ, ਮੈਂ ਕਰਾ ਲੂੰਗਾ ਤੇਰੇ ਨਾਲ ਵਿਆਹ। ਤੂੰ ਮੈਨੂੰ ਵਿਆਹ ਕਰਾਉਣ ਦਾ ਅਹਿਸਾਨ ਕਰ ਰਿਹਾ? ਕਾਕਾ ਜੇ ਮੈਂ ਪਿਆਰ ਕਰਦੀ ਤਾਂ ਤੂੰ ਵੀ ਪਿਆਰ ਕਰਦਾ। ਇਸ ਗੱਲ ਦੀ ਕੀ ਗਰੰਟੀ ਆ ਵੀ ਮੈਂ ਤੈਨੂੰ ਪਿਆਰ ਕਰਦਾ? ਤੇਰੇ ਪਿਆਰ ਦੀ ਗਰੰਟੀ ਤੇਰਾ ਉਤਰਿਆ ਹੋਇਆ ਮੂੰਹ ਦੇ ਰਿਹਾ। ਜਦੋਂ ਕਿਸੇ ਹੋਰ ਨਾਲ ਵਿਆਹ ਕਰਾਉਣ ਦੀ ਗੱਲ ਕੀਤੀ ਸੀ ਨਾ ਮੈਂ, ਇੱਕਦਮ ਤੇਰਾ ਮੂੰਹ ਉਤਰ ਗਿਆ ਸੀ। ਅੱਛਾ, ਫਿਰ ਤਾਂ ਕਾਫੀ ਸਮਝਦਾਰ ਹੋ ਗਈ, ਚਿਹਰੇ ਪੜਨੇ ਸ਼ੁਰੂ ਕਰਤੇ ਹੁਣ ਤਾਂ। ਦੇਖ ਇਹ ਗੱਲ ਨਾ ਮਜ਼ਾਕ 'ਚ ਟਾਲਣ ਵਾਲੀ ਨਹੀਂ ਹੈਗੀ, ਤੂੰ ਛੇਤੀ ਤੋਂ ਛੇਤੀ ਆਪਣੀ ਮੰਮੀ ਨੂੰ ਮਨਾ। ਓਏ ਹਾਂ ਯਾਰ, ਮੈਂ ਮਨਾਉਂਗਾ, ਮੈਂ ਕਰਦਾ ਕੋਸ਼ਿਸ਼। ਕੋਸ਼ਿਸ਼ ਨਹੀਂ ਕਰਨੀ, ਮਨਾਉਣਾ ਹੀ ਪੈਣਾ, ਨਹੀਂ ਤਾਂ ਮੇਰੇ ਘਰਦੇ ਨੇ ਮੇਰੇ ਹੱਥ ਪੀਲੇ ਕਰ ਦੇਣੇ ਨੇ। ਓਏ ਬਸ ਭੈਣ ਦਾ ਸਾਗਨ ਹੋ ਜੇ, ਉਸ ਤੋਂ ਬਾਅਦ ਮੈਂ ਕਰਦਾ ਵਿਚੋਲੇ ਨਾਲ ਗੱਲ। ਵਿਚੋਲਾ ਕੀ ਕਰੂਗਾ, ਤੇਰੀ ਮੰਮੀ ਨੂੰ ਤੂੰ ਹੀ ਮਨਾਏਗਾ ਨਾ, ਵਿਚੋਲੇ ਨੇ ਕੀ ਕਰਨਾ? ਓਏ ਫਿਰ ਵੀ ਯਾਰ ਵਿਚੋਲਿਆਂ ਨੂੰ ਹਿਸਾਬ ਹੁੰਦਾ ਗੱਲ ਕਰਨ ਦਾ, ਮੈਂ ਵਿਚੋਲੇ ਨੂੰ ਕਹਿਣਾ ਜਾ ਕੇ, ਉਹੀ ਕਰੂਗਾ ਕੋਈ ਨਾ ਕੋਈ ਹੀਲਾ। ਮੈਨੂੰ ਨਹੀਂ ਪਤਾ, ਜਿਵੇਂ ਮਰਜ਼ੀ ਮਨਾ ਆਪਣੀ ਮੰਮੀ ਨੂੰ, ਤੇ ਛੇਤੀ ਤੋਂ ਛੇਤੀ ਮਨਾ। ਠੀਕ ਆ, ਕਰਦੇ ਆ ਗੱਲ। ਮੰਮੀ ਤੁਸੀਂ ਮੈਨੂੰ ਦੱਸਿਆ ਨਹੀਂ ਤੁਹਾਨੂੰ ਕਿਵੇਂ ਲੱਗੀ ਕੁੜੀ? ਮੁੰਡਿਆ ਉਹ ਕੁੜੀ ਬਹੁਤ ਚੁਸਤ ਚਲਾਕ ਹੈ, ਤੂੰ ਉਹਦੀਆਂ ਗੱਲਾਂ 'ਚ ਨਾ ਪੁੱਤ, ਉਹ ਘਰ ਵਸਾਉਣ ਵਾਲੀ ਕੁੜੀ ਨਹੀਂ ਲੱਗਦੀ ਮੈਨੂੰ। ਹੋਏ ਹੋਏ, ਮੰਮੀ ਤੈਨੂੰ ਕਿੱਥੋਂ ਚੁਸਤ ਚਲਾਕ ਲੱਗੀ ਉਹ? ਕੀ ਚੁਸਤੀ ਕਰ ਲਈ ਉਹਨੇ ਤੁਹਾਡੇ ਨਾਲ? ਘਟੀਆ ਪ੍ਰੋਡਕਟ ਦੇ ਕੇ 800 ਰੁਪਇਆ ਬਣਾ ਕੇ ਲੈ ਗਈ ਨਾਲੇ ਤਾਂ, ਨਾਲੇ ਪੁੱਤ ਵਧੀਆ ਜੱਟਾਂ ਦਾ ਮੁੰਡਾ ਦੇਖ ਕੇ ਤੇ ਇਹਨੂੰ ਪਿੱਛੇ ਲਾ ਲਿਆ, ਹਜੇ ਉਹ ਚੁਸਤ ਚਲਾ ਕੇ ਨਹੀਂ ਹੈਗੀ। ਮੰਮੀ ਮੈਨੂੰ ਉਹਨੇ ਮਗਰ ਨਹੀਂ ਲਾਇਆ, ਮੈਂ ਖੁਦ ਉਹਦੇ ਮਗਰ ਲੱਗਿਆ ਹੋਇਆ, ਉਹ ਵੀ ਹੁਣ ਦਾ ਨਹੀਂ, ਉਦੋਂ ਦਾ ਜਦੋਂ ਦਾ ਮੈਂ ਉਹਦੇ ਨਾਲ ਪੜ੍ਹਦਾ ਸੀ। ਅੱਛਾ, ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਦੱਸਦੇ ਇਹਨੂੰ, ਬਹੁਤ ਬਹਾਦਰੀ ਵਾਲਾ ਕੰਮ ਕਰਿਆ ਤੈਂ। ਓਏ ਮੰਮੀ, ਫਿਰ ਮੈਂ ਕਿਸੇ ਨਾ ਕਿਸੇ ਕੁੜੀ ਨਾਲ ਤਾਂ ਵਿਆਹ ਕਰਾਉਣਾ ਹੀ ਆ, ਜੇ ਇਸ ਨਾਲ ਕਰਾ ਲਊਂ ਫਿਰ ਕੀ ਹਰਜ ਹੈ, ਇਹ ਮੇਰੇ ਪਸੰਦ ਵੀ ਆ। ਮੇਰੀ ਗੱਲ ਸੁਣ ਲੈ ਵੀਰ, ਮੈਨੂੰ ਉਹ ਕੁੜੀ ਪਸੰਦ ਨਹੀਂ, ਮੈਂ ਉਹਦੇ ਉਹ ਕੁੜੀ ਬਾਰੇ ਜ਼ਿਆਦਾ ਦੇਰ ਨਾਲ ਬਹਿਸ ਨਹੀਂ ਕਰਨੀ, ਅੱਗੇ ਤੇਰੀ ਮਰਜ਼ੀ ਆ। ਉਹ ਵਿਚੋਲਿਆ ਤੈਨੂੰ ਤਾਂ ਹਿਸਾਬ ਆ ਯਾਰ, ਨਾਲਾ ਮੇਰੀ ਮੰਮੀ ਨੂੰ ਮੇਰੇ ਵਿਆਹ ਵਾਸਤੇ। ਉਹ ਤੇਰੀ ਮੰਮੀ ਮੰਨੀ ਤਾਂ ਵਿਆਹ ਵਿਆਹ ਲਈ, ਪਰ ਜਿਹੜੀ ਕੁੜੀ ਨੂੰ ਤੂੰ ਕਰਾਉਣਾ ਚਾਹੁੰਦਾ ਉਹਦੇ ਨਾਲ ਨਹੀਂ ਕਰਨ ਮੰਨਦੀ ਉਹ। ਯਾਰ ਤੇਰੇ ਕੋਲ ਤਾਂ ਕੋਈ ਨਾ ਕੋਈ ਹੱਲ ਹੋਊਗਾ ਜੀ। ਇਹ ਗੱਲ ਤਾਂ ਨਹੀਂ ਹੱਲ ਹੈਗਾ ਮੇਰੇ ਕੋਲ, ਪਰ ਰਿਸ਼ਤੇ ਬਹੁਤ ਨੇ, ਦੱਸ ਕਿਹੜੀ ਕੁੜੀ ਨਾਲ ਕਰਾਉਣਾ, ਮੈਂ ਫੋਟੋ ਦਿਖਾ ਦਿੰਦਾ ਤੈਨੂੰ। ਓਏ ਨਹੀਂ ਨਹੀਂ ਯਾਰ, ਵਿਆਹ ਤਾਂ ਮੈਂ ਇਸੇ ਕੁੜੀ ਨਾਲ ਕਰਾਉਣਾ, ਤੂੰ ਯਾਰ ਮੇਰੀ ਮੰਮੀ ਨਾਲ ਦੁਬਾਰਾ ਗੱਲ ਤੋਰ ਕੇ ਦੇਖ। ਉਹ ਯਾਰ ਮੈਂ ਵਾਰ ਵਾਰ ਗੱਲ ਤੋਰ ਕੇ 70 ਥੋੜ੍ਹਾ ਖਾਣੇ ਨੇ, ਤਾਂ ਚਾਚੀ ਗੱਲ ਤੁਹਾਨੂੰ ਤਿਆਰ ਹੀ ਨਹੀਂ, ਕਿਵੇਂ ਕਰਾਂ ਗੱਲ? ਉਹ ਯਾਰ ਤੁਹਾਨੂੰ ਤਾਂ ਵਿਚੋਲੇ ਨੂੰ ਇੰਨਾ ਹਿਸਾਬ ਆਉਂਦਾ, ਕਿਵੇਂ ਨਾ ਕਿਵੇਂ ਕਰਕੇ ਮਨਾ ਲਾ ਯਾਰ। ਯਾਰ ਮੈਂ ਕਿਵੇਂ ਮਨਾ, ਜੇ ਚਾਚੀ ਕੋਈ ਗੱਲ ਸੁਣੇ ਤਾਂ ਮੈਂ ਮਨਾਵਾਂ, ਗੱਲ ਤਾਂ ਕੋਈ ਸੁਣਦੀ ਨਹੀਂ ਮੇਰੀ। ਬਾਈ ਜੇ ਮੈਂ ਤੈਨੂੰ ਕੜੇ ਦੀ ਜਗ੍ਹਾ ਲੜੀ ਪਾ ਦਾਂ ਫਿਰ ਤਾਂ ਕਰ ਹੀ ਸਕਦਾ ਕੋਈ ਹਿੱਲਾ? ਉਹ ਯਾਰ ਇਹਦੇ 'ਚ ਚਾਹੇ ਸੰਗਲ ਪਾਏ ਸੋਨੇ ਦਾ, ਜਦੋਂ ਕੰਮ ਹੋ ਹੀ ਨਹੀਂ ਸਕਦਾ ਮੈਂ ਤਾਂ ਹਾਂ ਕਿਵੇਂ ਕਰ ਲਾਂ ਯਾਰ। ਫਿਰ ਤਾਂ ਮੈਨੂੰ ਕੋਈ ਆਪੇ ਹਿੰਮਤ ਕਰਨੀ ਪਊਗੀ, ਨਾਲੇ ਕੋਈ ਕੜਾ ਛਾਪ ਨਹੀਂ ਪਾਉਣਾ ਪੈਣਾ। ਤੇਰਾ ਕੀ ਮਤਲਬ, ਤੂੰ ਕੁੜੀ ਕੱਢ ਕੇ ਲੈ ਕੇ ਆਏਗਾ? ਫਿਰ ਹੋਰ ਕੋਈ ਹੱਲ ਵੀ ਨਹੀਂ ਮੇਰੇ ਕੋਲੇ। ਉਹ ਯਾਰ ਇੰਨੀ ਛੇਤੀ ਥੋੜ੍ਹਾ ਹਾਰ ਮੰਨੀ ਦਾ, ਹਾਲੇ ਤੇਰਾ ਬੜਾ ਭਾਈ ਕਦੋਂ ਕੰਮ ਉਤਰੇ? ਤੂੰ ਹੀ ਤਾਂ ਕਹਿੰਦਾ ਸੀ ਮੈਂ ਕੁਛ ਕਰ ਨਹੀਂ ਸਕਦਾ। ਉਹ ਜਾ ਜੇ ਤੂੰ ਲੜੀ ਵਾਲਾ ਉਹਦੇ ਭਾਈ ਨੂੰ ਮਾਣ ਬਖਸ਼ਦਾ, ਫਿਰ ਤੇਰੇ ਬੜੇ ਭਾਈ ਦੇ ਫਰਜ਼ ਮਰਦਾ ਵੀ ਤੇਰਾ ਕੰਮ ਕਰੇ, ਨਾ ਤੂੰ ਟੈਨਸ਼ਨ ਨਾ ਲਈ, ਹੁਣ ਤਾਂ ਪੂਰ ਚੜ੍ਹ ਕੇ ਆਊਂਗਾ। ਫਿਰ ਤੂੰ ਵੀ ਕੋਈ ਲੜੀ ਵਾਲੀ ਟੈਨਸ਼ਨ ਨਾ ਕਰੀਂ, ਪੂਰੀ ਵਧੀਆ ਲੜੀ ਕਰਾ ਕੇ ਪਾਵਾਂਗੇ। ਉਹ ਯਾਰ ਮੇਰਾ ਲੜੀ ਲੁੜੀ ਵਾਲਾ ਕੋਈ ਲਾਲਚ ਨਹੀਂ, ਮੈਂ ਤੈਨੂੰ ਤਾਂ ਹਾਂ ਕਰੀ ਆਈ, ਤੁਹਾਡੇ ਨਾਲ ਪ੍ਰਾਣੀ ਲਿਆ ਜਾ, ਕਾਹਨੂੰ ਤੇਰਾ ਦਿਲ ਤੋੜਨਾ। ਚੱਲ ਮੈਂ ਕਰਦਾ ਚਾਚੀ ਨਾਲ ਗੱਲ ਜਾ ਕੇ। ਮੱਥਾ ਟੇਕ ਚਾਚੀ। ਚਾਚੀ ਮੈਨੂੰ ਤਾਂ ਮੁੰਡੇ ਦੀ ਮਾਂ ਦਾ ਫੋਨ ਆਇਆ ਸੀਗਾ, ਉਹ ਕਹਿੰਦੇ ਭਾਈ ਕਦੋਂ ਰੱਖਣਾ ਪਿਆ, ਤੁਸੀਂ ਦੱਸ ਦਿਓ ਫਿਰ ਆਪਾਂ ਕਦੋਂ ਰੱਖੀਏ। ਇਹ ਤਾਂ ਵੀਰ ਮੁੰਡੇ ਵਾਲਾਂ ਦੀ ਮਰਜ਼ੀ ਹੁੰਦੀ ਹੈ, ਜਦੋਂ ਕਹਿਣਗੇ ਆਪਾਂ ਤਾਂ ਉਦੋਂ ਹੀ ਤੋਕ ਕਰ ਦਾਂਗੇ, ਜਦੇ ਤੋੜ ਦਾਂਗੇ ਵਿਆਹ ਕੇ ਨਵਦੀਪ ਨੂੰ। ਚਾਚੀ ਤੂੰ ਕੁੜੀ ਨੂੰ ਤਾਂ ਵਿਆਹ ਕੇ ਤੋੜ ਦੇਂਗੀ, ਫਿਰ ਤੂੰ ਨੂੰਹ ਲਿਆਉਣ ਬਾਰੇ ਵੀ ਸੋਚ, ਖਾਲੀ ਘਰ ਦੇ ਨੂੰ ਵੱਡ ਵੱਡ ਖਾਊਗਾ। ਦੇਖ ਲੈ ਫਿਰ ਦਵਿੰਦਰ ਸਿੰਘ ਕੋਈ ਵਧੀਆ ਜਿਹਾ ਰਿਸ਼ਤਾ ਮੁੰਡੇ ਵਾਸਤੇ ਵੀ, ਆਪਾਂ ਦੋਨਾਂ ਦਾ ਇਕੱਠਾ ਹੀ ਕਰ ਦਾਂਗੇ, ਕੁੜੀ ਨੂੰ ਵਿਆਹ ਕੇ ਤੋੜ ਦਾਂਗੇ, ਨੂੰਹ ਘਰੇ ਆ ਜੂਗੀ ਆਪਣੇ, ਰੌਣਕ ਹੋ ਜੂਗੀ। ਰਿਸ਼ਤੇ ਚਾਚੀ ਮੇਰੀ ਨਿਗਾਹ 'ਚ ਬਹੁਤ ਨੇ, ਪਰ ਤੁਹਾਡਾ ਮੁੰਡਾ ਉਹ ਕੁੜੀ ਨਾਲ ਵਿਆਹ ਕਰਾਉਣ ਫਿਰਦਾ, ਕਹਿੰਦਾ ਮੈਂ ਤਾਂ ਉਹਦੇ ਨਾਲ ਵਿਆਹ ਕਰਾਉਣਾ ਗਾ। ਲੈ ਹੈ ਐਂ ਕਿਤੇ ਉਹਦੀ ਮਰਜ਼ੀ ਚੱਲੂਗੀ, ਮੈਂ ਉਹਦੀ ਮਾਂ ਹੈ,
ਦੇਖ ਕੇ ਸੋਚ ਸਮਝ ਕੇ ਰਿਸ਼ਤਾ ਲਊਂਗੀ ਉਹਦੇ ਵਾਸਤੇ, ਉਹਦੀ ਨੀ ਚੱਲਣ ਦਿੰਦੀ ਮੈਂ ਇੱਕਣ। ਚਾਚੀ ਸਾਰੀ ਜ਼ਿੰਦਗੀ ਦਾ ਮੁੰਡੇ ਨੇ ਉਹਦੇ ਨਾਲ ਕੱਢਣੀ ਆ, ਤੂੰ ਕਰਾ ਲੈਂਦੇ ਉਹਨੂੰ ਪਿਆ, ਤੂੰ ਕਿਉਂ ਜਿੱਦ ਕਰੀ ਜਾਂਦੀ ਆ। ਤੂੰ ਮੇਰੀ ਗੱਲ ਸੁਣ ਭਾਈ, ਉਹ ਕੱਲ੍ਹ ਦਾ ਜਵਾਕ ਹੈ ਨਾ, ਉਹਨੂੰ ਕੀ ਪਤਾ ਚੰਗੇ ਮਾੜੇ ਦਾ, ਹੈ ਉਹ ਤਾਂ ਕੁੜੀ ਚਲਾਕ ਆ, ਉਹਨੂੰ ਮਗਰ ਲਾਈ ਫਿਰਦੀ ਆ। ਚਾਚੀ ਇਕੱਲਾ ਜਵਾਕ ਆ ਤੇਰੇ, ਜੇ ਆਪਾਂ ਧੱਕੇ ਨਾਲ ਕਿਤੇ ਵਿਆਹ ਕਰ ਵੀ ਦਿੱਤਾ, ਜੇ ਉਹਨੇ ਵਿਆਹ ਤੋਂ ਬਾਅਦ ਕੁਛ ਕਰ ਲਿਆ, ਆਪਣੇ ਨਾਲ ਦੇ ਪਿੰਡ ਦੀ ਗੱਲ ਸੁਣ ਲਾ, ਦੋ ਦਿਨ ਪਹਿਲਾਂ ਮੁੰਡਾ ਵਿਆਹ ਤੇ ਜ਼ਹਿਰ ਖਾ ਗਿਆ। ਗੱਲ ਤਾਂ ਤੇਰੀ ਠੀਕ ਹੈ ਦਵਿੰਦਰ ਸਿਆਂ, ਪਰ ਮੈਨੂੰ ਉਹ ਕੁੜੀ ਨਹੀਂ ਚੰਗੀ ਲੱਗੀ ਹੈਗੀ, ਬਹੁਤ ਹੀ ਉਹ ਚੁਸਤ ਚਲਾਕ ਜੀ ਹੈ, ਸੱਚੀ ਗੱਲ ਹੈ ਜਿਹੜੀ। ਚਾਚੀ ਮੈਂ ਉਹਦੇ ਪਰਿਵਾਰ ਬਾਰੇ ਸਾਰੇ ਕਿਤੋਂ ਪਤਾ ਕਰ ਲਿਆ, ਉਹਦਾ ਬੰਦੇ ਬਹੁਤ ਸਮਝਦਾਰ ਨੇ, ਬਹੁਤ ਸਾਊ ਨੇਗੇ। ਜੇ ਮੇਰੀ ਗੱਲ ਸੁਣ, ਕੱਲ੍ਹ ਜੇ ਮੁੰਡਾ ਤੇਰਾ ਕੱਢ ਲਿਆ, ਨਾਲੇ ਸਾਰੇ ਪਿੰਡ 'ਚ ਉਹਦੀ ਬੇਇੱਜ਼ਤੀ, ਨਾਲੇ ਸਾਰਾ ਪਿੰਡ ਥੂ ਥੂ ਕਰੂਗਾ, ਇਹਦੇ ਨਾਲ ਆਪਾਂ ਸੁਲਾ ਸਫਾਈ ਨਾਲ ਵਿਆਹ ਕਰ ਦਈਏ, ਵਧੀਆ ਰਹਾਂਗੇ। ਹਾਂ ਭਾਈ ਦਵਿੰਦਰ ਸਿਆਂ, ਗੱਲ ਤਾਂ ਤੇਰੀ ਸਿਆਣੀ ਹੈ, ਚੱਲ ਫਿਰ ਤੂੰ ਐਂ ਕਰ, ਕਰ ਲੈ ਕੁੜੀ ਵਾਲਿਆਂ ਨਾਲ ਰਿਸ਼ਤੇ ਦੀ ਗੱਲ, ਕਰ ਲਾਂਗੇ ਆਪਾਂ ਕੋਈ ਦੇਖ ਕੇ ਵਧੀਆ ਦਿਨ, ਸ਼ਗਨ ਕਰ ਆਵਾਂਗੇ, ਹੋਰ ਕੀ ਕਰਾਂਗੇ ਹੁਣ। ਚੱਲ ਚਾਚੀ ਮੈਂ ਚੱਲਦਾ ਫਿਰ, ਮੈਂ ਕਰਦਾ ਕੁੜੀਆਂ ਨਾਲ ਜਾ ਕੇ ਗੱਲ, ਠੀਕ ਹੈ। ਹਾਂ ਹਾਂ ਭਾਈ ਕਰ ਲੈ ਗੱਲ, ਠੀਕ ਹੈ, ਆਪਣਾ ਕੰਮ ਬਣ ਜਾਵੇ। ਹਾਂ ਹਾਂ ਠੀਕ ਹੈ ਚਾਚੀ, ਚੰਗਾ ਚੰਗਾ ਵੀ। ਓਏ ਹੁਣ ਕੀ ਲੋੜ ਆ ਤੈਨੂੰ ਇੰਨੀਆਂ ਕਰੀਮਾਂ ਯੂਜ਼ ਕਰਨ ਦੀ, ਰਿਸ਼ਤਾ ਤੇਰਾ ਪੱਕਾ ਹੋ ਗਿਆ, ਹੁਣ ਕਿਹੜਾ ਉਹ ਤੈਨੂੰ ਜਵਾਬ ਦੇਣ ਲੱਗੇ ਨੇ। ਅੱਛਾ ਜੇ ਮੇਰਾ ਰਿਸ਼ਤਾ ਹੋ ਗਿਆ ਤਾਂ ਮਤਲਬ ਮੈਂ ਨਹਾਉਣਾ ਛੱਡਦਾ, ਰਿਸ਼ਤਾ ਤਾਂ ਤੇਰਾ ਵੀ ਪੱਕਾ ਹੋਇਆ ਫਿਰ ਤੂੰ ਵੀ ਨਹਾਉਣਾ ਛੱਡ ਦੇ, ਐਂ ਸਾਬਣਾ ਖੋਰੀਆਂ ਨੇ ਮਹਿੰਗੀਆਂ ਮਹਿੰਗੀਆਂ, ਨਾਲੇ ਸਾਡੇ ਪੈਸੇ ਬਚਣਗੇ। ਓਏ ਹੁਣ ਤੇਰਾ ਰਿਸ਼ਤਾ ਹੋ ਗਿਆ ਤੈਨੂੰ ਮਜ਼ਾਕ ਆਉਂਦੇ ਨੇ, ਮੇਰੇ ਰਿਸ਼ਤੇ ਵਾਸਤੇ ਮੰਮੀ ਨੇ ਮੰਨਣਾ ਨਹੀਂ ਤੇ ਆਪਾਂ ਕਿਤੇ ਕਰਾਉਣਾ ਨਹੀਂ। ਅੱਛਾ ਫਿਰ ਇਸਦਾ ਮਤਲਬ ਤੈਨੂੰ ਖੁਸ਼ਖਬਰੀ ਮਿਲੀ ਨਹੀਂ। ਓਏ ਆਇਆ ਹੋਣਾ ਘਰੇ ਕੋਈ ਰਿਸ਼ਤਾ ਲੈ ਕੇ, ਹੋਰ ਕੀ ਖੁਸ਼ਖਬਰੀ ਹੋਣੀ ਆ ਤੇਰੇ ਕੋਲੇ, ਪਰ ਮੈਂ ਤਾਂ ਕਰਾਉਣਾ ਹੀ ਨਹੀਂ ਹੋਰ ਕਿਤੇ। ਲੈ ਫਿਰ ਮੈਂ ਤੈਨੂੰ ਖੁਸ਼ਖਬਰੀ ਸੁਣਾਈ ਦਿੰਦੀ ਹਾਂ, ਮੰਮੀ ਮੰਨ ਗਈ ਉਸ ਰਿਸ਼ਤੇ ਲਈ, ਹੁਣ ਤਾਂ ਕੰਪਨੀ ਵਾਲੀ ਕੁੜੀ ਮੇਰੀ ਭਾਬੀ ਬਣ ਜੂਗੀ, ਮੋਜਾ ਲੱਗ ਜਾਣਗੀਆਂ, ਮੈਂ ਤਾਂ ਨਵੇਂ ਨਵੇਂ ਪ੍ਰੋਡਕਟ ਮੰਗਾਇਆ ਕਰੂੰਗੀ ਉਸ ਤੋਂ। ਓਏ ਕਿਉਂ ਗੱਪ ਮਾਰਦੀ ਹੈ, ਸੂਰਜ ਪੱਛਮ 'ਚੋਂ ਚੜ੍ਹਦਾ ਦੇਖਿਆ ਕਦੇ? ਸੂਰਜ ਦਾ ਤਾਂ ਪਤਾ ਨਹੀਂ ਪਰ ਮੰਮੀ ਨੂੰ ਜ਼ਰੂਰ ਮਨਾ ਲਿਆ, ਤੇਰੇ ਵਿਚੋਲੇ ਨੇ। ਅੱਛਾ ਵਿਚੋਲਾ ਆਇਆ ਸੀ ਆਪਣੇ ਘਰੇ? ਹਾਂ ਆਇਆ ਸੀ, ਆਇਆ ਤਾਂ ਉਹ ਮੇਰੇ ਵਿਆਹ ਦੀ ਗੱਲ ਕਰਨ ਸੀ, ਪਰ ਵਿੱਚ ਉਹਨੇ ਤੇਰੇ ਵਿਆਹ ਦੀ ਵੀ ਗੱਲ ਤੋੜ ਲਈ। ਅੱਛਾ ਫਿਰ ਤਾਂ ਚੜ ਗਿਆ ਵਿਚੋਲਾ ਡੱਬੇ ਦੇ ਪਾਣੀ, ਚੱਲ ਫਿਰ ਤੂੰ ਲਾ ਕਰੀ ਮਾਮਾ ਆਇਆ ਹੁਣੇ। ਹੈਲੋ ਹੈਲੋ, ਜਲਦੀ ਜਲਦੀ ਮਿਲਣ ਆ ਜਾ, ਬਹੁਤ ਵੱਡੀ ਖੁਸ਼ਖਬਰੀ ਸੁਣਾਉਣੀ ਆ ਤੈਨੂੰ। ਮੇਰੇ ਤਾਂ ਸਬਰ ਨਹੀਂ ਆਉਣਾ, ਫੋਨ ਤੇ ਦੱਸ ਦੇ ਤੂੰ ਮੈਨੂੰ। ਓਏ ਨਹੀਂ ਨਹੀਂ, ਜੋ ਮਜ਼ਾ ਮਿਲ ਕੇ ਲਾਈਵ ਸੁਣਾਉਣ ਦਾ ਉਹ ਮਜ਼ਾ ਫੋਨ ਤੇ ਕਿੱਥੇ ਆਉਣਾ। ਆਪਾਂ ਮਿਲ ਕੇ ਪਾਰਟੀ ਕਰ ਲਾਂਗੇ, ਮੈਨੂੰ ਖੁਸ਼ਖਬਰੀ ਦੱਸ, ਮੈਨੂੰ ਛੇਤੀ ਛੇਤੀ ਹੋਈ ਪਈ, ਜਲਦੀ ਦੱਸ ਮੈਨੂੰ ਕੀ ਖਬਰ ਸੁਣਾਉਣੀ ਆ ਤੂੰ ਮੈਨੂੰ। ਓਏ ਮੰਮੀ ਮੰਨ ਗਈ ਆਪਣੇ ਵਿਆਹ ਲਈ, ਹੁਣ ਤਾਂ ਬਸ ਛੇਤੀ ਛੇਤੀ ਆਪਣਾ ਵਿਆਹ ਹੋ ਜਾਊਗਾ। ਸੱਚੀ ਫਿਰ ਤਾਂ ਬਹੁਤ ਵਧੀਆ ਗੱਲ ਹੈ। ਮੱਥਾ ਟੇਕਦਾ ਤਾਈ। ਜਿਉਂਦਾ ਰਹਿ, ਤੈਨੂੰ ਕਿੰਨੀ ਵਾਰੀ ਕਿਹਾ ਮੈਨੂੰ ਤਾਈ ਨਾ ਕਿਹਾ ਕਰ, ਤੇਰਾ ਪਿਓ ਤਾਂ ਮੈਨੂੰ ਭੈਣ ਕਹਿੰਦਾ ਸੀ, ਮੈਨੂੰ ਭੂਆ ਕਿਹਾ ਕਰ। ਉਹ ਤਾਈ ਚਾਚੀ ਤਾਂ ਮੇਰੇ ਮੂੰਹ ਚੜਿਆ ਪਿਆ, ਤੈਨੂੰ ਚਾਚੀ ਕਹਿੰਦਾ ਕਿਸੇ ਨੂੰ ਤਾਈ ਕਹਿ ਦੇਣਾ। ਚੱਲ ਉਹ ਛੱਡ, ਹੋਰ ਮੇਰੇ ਕੁੜਮਾਂ ਵੀ ਠੀਕ ਠਾਕ ਸੀ? ਠੀਕ ਠਾਕ ਨੇ ਸਭ ਐਨ। ਚੱਲ ਆ ਜਾ ਛੱਡ ਗੱਲਾਂ, ਚਾਹ ਬਣਾ। ਚੱਲ ਹੋਰ ਦੱਸੋ ਤਾਈ ਕਿਵੇਂ ਬੁਲਾਇਆ ਮੈਨੂੰ? ਮੈਂ ਤਾਂ ਪੁੱਤ ਐਂ ਬੁਲਾਇਆ ਸੀਗਾ, ਆਪਣੇ ਮੁੰਡੇ ਤਾਂ ਕੁੜੀ ਪਸੰਦ ਆ ਗਈ, ਤੇ ਮੈਨੂੰ ਕਮਲ ਨੇ ਫੋਟੋਆਂ ਦਿਖਾਈਆਂ ਸੀ, ਮੈਨੂੰ ਕੁਛ ਕਾਲੀ ਜੀ ਲੱਗੀ, ਰੰਗ ਪੱਕਾ ਜਰ ਗਿਆ। ਉਹ ਤਾਈ ਰੰਗ ਤਾਂ ਦੋ ਹੁੰਦੇ ਨੇ, ਗੋਰਾ ਤੇ ਕਾਲਾ, ਨਾਲੇ ਕੁੜੀ ਕਾਲੀ ਨੇਗੀ, ਕਣਕ ਬੰਨੀ ਆ, ਤੈਨੂੰ ਫੋਟੋ ਚੋਂ ਹੀ ਲੱਗੀ ਹੋਣੀ। ਨਹੀਂ ਪੁੱਤ ਮੈਨੂੰ ਦੱਸਦਾ ਸੀ ਕਮਲ, ਰੰਗ ਤਾਂ ਥੋੜਾ ਜਿਹਾ ਪੱਕਾ ਹੀ ਹੈ। ਚਲੋ ਮੇਨ ਗੱਲ ਤਾਂ ਇਹ ਆ ਵੀ ਕੁੜੀ ਪਸੰਦ ਆ ਆਪਣੇ ਮੁੰਡੇ ਨੂੰ। ਚੱਲ ਠੀਕ ਹੈ, ਪਰ ਵਿਆਹ ਵਧੀਆ ਕਰਾ ਦੀ, ਕਿਤੇ ਐਵੇਂ ਸਾਰ ਦੇ, ਰਿਸ਼ਤੇ ਤਾਂ ਹੋਰ ਵੀ ਬਥੇਰੇ ਸੋਹਣੀਆਂ ਸੋਹਣੀਆਂ ਕੁੜੀਆਂ ਦੇ ਆਉਂਦੇ ਮੁੰਡੇ ਨੂੰ। ਦੇਖ ਤਾਈ
ਨਾ ਤਾਂ ਤੂੰ ਕੁਛ ਕਰ ਸਕਦੀ ਹਾਂ, ਨਾ ਮੈਂ ਕੁਛ ਕਰ ਸਕਦਾ। ਇਹ ਮੇਨ ਗੱਲ ਤਾਂ ਸੰਯੋਗਾਂ ਦੀ ਹੁੰਦੀ ਹੈਗੀ। ਬਾਕੀ ਮੈਂ ਵਿਆਹ ਦੇ ਫੁੱਲ ਜੋ ਲਾਊਂ ਵਧੀਆ ਕਰਾਊਂਗਾ, ਕਿਤੇ ਤੁਸੀਂ ਮੈਨੂੰ ਸਾਫ਼ ਨਾਲ ਸਾਰ ਦਿਓ, ਵਧੀਆ ਕਰ ਦਿਓ ਮੇਰਾ ਮਾਨ ਤਾਨ। ਮੇਰੀ ਗੱਲ ਸੁਣ, ਜਿਹੋ ਜਿਹਾ ਮਾਨ ਤਾਨ ਸਾਡਾ ਕਰਾਵਾਂਗਾ ਉਹੋ ਜਿਹਾ ਅਸੀਂ ਤੇਰਾ ਕਰ ਦਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੇਖ ਭਾਈ, ਜੇ ਤੇਰੇ ਕੋਈ ਸਪੈਸ਼ਲ ਡਿਮਾਂਡ ਆ ਤਾਂ ਉਹ ਵੀ ਦੱਸ ਦੇ, ਫਿਰ ਬਾਅਦ ਚੋਂ ਕਹਿਣਾ ਔਖਾ ਹੋ ਜਾਂਦਾ। ਜੇ ਅਗਲਾ ਨੂੰ 10-12 ਲੱਖ ਲਾਓ ਫਿਰ 14 ਲਾ ਦੂ। ਨਹੀਂ ਨਹੀਂ ਜੀ, ਆਪਾਂ ਦਾਤ ਦੇ ਖਿਲਾਫ਼ ਆ, ਮੈਂ ਤਾਂ ਸਿੰਪਲ ਵਿਆਹ ਕਰਾਉਣਾ ਹੈ, ਮੈਨੂੰ ਕੁਛ ਨਹੀਂ ਚਾਹੀਦਾ। ਦੇਖ ਭਾਈ ਦਵਿੰਦਰ ਸਿਆ, ਇਹ ਤਾਂ ਨਿਆਣਾ ਹੈ, ਇਹਨੂੰ ਕੋਈ ਪਤਾ ਰੀਤੀ ਰਿਵਾਜਾਂ ਦਾ, ਤੂੰ ਉਹਨਾਂ ਨਾਲ ਜਾ ਕੇ ਗੱਲ ਕਰ ਲੈ। ਹਾਂ ਹਾਂ ਤਾਈ, ਮੈਂ ਕਰ ਦਾਂ ਜਾ ਕੇ ਗੱਲ ਉਹਨਾਂ ਨਾਲ, ਵਿਆਹ ਤਾਂ ਉਹ ਵਧੀਆ ਕਰਨਗੇ, ਇਕੱਲੀ ਕੁੜੀ ਉਹਨਾਂ ਦੇ। ਚੱਲ ਚੰਗਾ, ਮੈਂ ਚੱਲਦਾ ਫਿਰ। ਚਾਹ ਤਾਂ ਪੀ ਜਾਂਦਾ, ਧਰਦੀ ਸੀ ਹੁਣ ਮੈਂ। ਉਹ ਨਾ ਨਾ ਤਾਈ, ਮੈਂ ਫਿਰ ਅੱਗੇ ਪੀਣ ਜਾਕਣਾ ਤੇ ਉੱਥੇ ਪੀ ਲੂੰਗਾ। ਠੀਕ ਆ, ਮੈਂ ਚੱਲਦਾ। ਠੀਕ, ਚੰਗਾ, ਤੇਰੀ ਮਰਜ਼ੀ। ਪੁੱਤ ਨੇ ਵਦੀਪ, ਮੈਂ ਤੈਨੂੰ ਐਂ ਕਹਿਣੀ ਹੈ, ਵਧੀਆ ਜੀ ਦਾਲ ਸਬਜ਼ੀ ਬਣਾਉਣੀ ਸਿੱਖ ਲੈ, ਸੋਹਣਾ ਰੋਟੀ ਟੁੱਕ ਬਣਾਇਆ ਕਰ, ਨਹੀਂ ਤਾਂ ਤੇਰੀ ਸੱਸ ਲਾਂਭੇ ਦਿਆ ਕਰੂਗੀ, ਕਿਹਾ ਕਰੂਗੀ ਤੇਰੀ ਮਾਂ ਨੇ ਤੈਨੂੰ ਕੀ ਸਿਖਾਇਆ, ਕੰਮ ਨਹੀਂ ਸਿਖਾ ਕੇ ਭੇਜਿਆ। ਮੰਮੀ ਫਿਰ ਕੀ ਹੋਇਆ, ਮੈਂ ਉਹਨੂੰ ਕਹਿ ਦਿਆ ਕਰਾਂਗੀ, ਜੇ ਤੈਨੂੰ ਵਧੀਆ ਬਣਾਉਣੀ ਆਉਂਦੀ ਤਾਂ ਤੂੰ ਬਣਾ ਲੈ, ਤੇਰੇ ਕਿਹੜਾ ਹੱਥ ਟੁੱਟੇ ਨੇ। ਲੈ ਦੇਖ, ਆਹੀ ਖੇਪ ਮਾਈ ਸਾਡੇ ਸਿਰ। ਮੈਂ ਤਾਂ ਮਜ਼ਾਕ ਕਰਦੀ ਹਾਂ ਮੰਮੀ, ਨਾਲੇ ਤੁਹਾਨੂੰ ਪਤਾ ਤਾਂ ਹੈ ਮੈਨੂੰ ਰੋਟੀ ਸਬਜ਼ੀ ਤਾਂ ਬਣਾਉਣੀ ਆਉਂਦੀ ਹੈ, ਬਸ ਮੱਕੀ ਦੀ ਰੋਟੀ ਨਹੀਂ ਬਣਾਉਣੀ ਆਉਂਦੀ, ਉਹ ਮੈਨੂੰ ਔਖੀ ਲੱਗਦੀ ਹੈ। ਉਹ ਵੀ ਸਿੱਖ ਲਈ ਪੁੱਤ, ਸਿਆਣੀ ਧੀ ਹੈ ਮੇਰੀ, ਕੰਮ ਤਾਂ ਕਰਦੀਆਂ ਹੁੰਦੀਆਂ ਨੇ ਕੁੜੀਆਂ। ਮੰਮੀ, ਜੇ ਭਾਬੀ ਨੂੰ ਰੋਟੀ ਸਬਜ਼ੀ ਨਾ ਬਣਾਉਣੀ ਹੁੰਦੀ ਹੋਈ, ਫਿਰ ਤੂੰ ਉਹਦੀ ਮਾਂ ਨੂੰ ਵੀ ਗਾਲਾਂ ਕੱਢਿਆ ਕਰੇਂਗੀ। ਨਹੀਂ ਨਹੀਂ ਪੁੱਤ, ਮੇਰਾ ਇਹੋ ਜਿਹਾ ਸੁਭਾਅ ਨਹੀਂ ਹੈਗਾ, ਮੇਰੇ ਤਾਂ ਜਿੰਨਾ ਕੁ ਕੰਮ ਬਣਿਆ ਕਰੂਗਾ ਮੈਂ ਤਾਂ ਖੁਦ ਕਰ ਲਿਆ ਕਰੂੰਗੀ ਆਪੇ। ਬਾਕੀ ਰਹੀ ਗੱਲ ਬਹੂ ਦੀ, ਜਿੰਨਾ ਕੁ ਉਹਨੂੰ ਆਉਂਦਾ ਹੋਊਗਾ ਉਹ ਕਰ ਲਿਆ ਕਰੂਗੀ, ਨਹੀਂ ਹੌਲੀ ਹੌਲੀ ਸਿੱਖ ਜੂਗੀ, ਕੁਛ ਮੈਂ ਸਿਖਾ ਦੂੰਗੀ। ਮੰਮੀ, ਬਾਲ ਵੀ ਨਾ ਲਾੜ ਪਿਆਰ 'ਚ ਰੱਖੀ, ਕਿਤੇ ਲਾ ਸਾਰਾ ਕੰਮ ਤੇਰੇ ਤੋਂ ਹੀ ਕਰਵਾਈ ਜਾਵੇ। ਉਹ ਮੇਰਾ ਤਾਂ ਸਰਜੂਗਾ, ਕਿਤੇ ਤੂੰ ਨਾ ਆਪਣੀ ਸੱਸ ਨੂੰ ਮੂਹਰੇ ਲਾ ਲਈ ਕੰਮ ਕਰਾਉਣਾ। ਅੱਛਾ, ਨਾਲੇ ਮੇਰੀ ਗੱਲ ਸੁਣ ਲਾ ਪੁੱਤ, ਕੰਮ ਪਿੱਛੇ ਨਹੀਂ ਕਦੇ ਕਹਾਉਣਾ, ਕੰਮ ਤਾਂ ਬੰਦੇ ਦਾ ਕਰਮ ਹੁੰਦਾ, ਸਾਰਾ ਕੰਮ ਕਾਰ ਤਾਂ ਆਪ ਕਰਨਾ ਬਗਾਨੇ ਘਰੇ ਵੀ ਜਾ ਕੇ। ਨਹੀਂ ਨਹੀਂ ਮੰਮੀ, ਮੈਂ ਤੈਨੂੰ ਕੋਈ ਲਾਂਬਾ ਨਹੀਂ ਆਉਣ ਦਿੰਦੀ ਕੰਮ ਪਿੱਛੇ, ਐਂ ਤਾਂ ਮੈਨੂੰ ਪਤਾ ਹੈ ਮੇਰੀ ਧੀ ਸਿਆਣੀ ਹੈ। ਆਪਾਂ ਨੂੰ ਪੂਰਾ ਵਧੀਆ ਕਰਨਾ ਪਊਗਾ, ਆਪਣੀ ਕੁੜੀ ਦਾ ਵੀ ਰੰਗ ਕਾਲਾ ਜੋ ਆਪਾਂ ਦੇਣਾ, ਨਾਲੇ ਆਪਣੀ ਧੀ ਨੂੰ ਦੇਣਾ ਆਪਾਂ ਨੇ। ਹਾਂਜੀ ਹਾਂ, ਵਿਆਹ ਤਾਂ ਵਧੀਆ ਹੀ ਕਰਾਂਗੇ, ਉਹਨਾਂ ਨੇ ਕਿਹੜਾ ਕੋਈ ਸਪੈਸ਼ਲ ਡਿਮਾਂਡ ਰੱਖੀ ਆਪਣੇ ਅੱਗੇ। ਹਾਲੇ ਫਿਰ ਵੀ ਆਪਣਾ ਕਿੰਨਾ ਕੁ ਆਈਡੀਆ, ਕਿੰਨਾ ਕੁ ਪੈਸਾ ਲਾਉਣਾ ਆਪਾਂ ਵਿਆਹ 'ਤੇ, ਮੈਨੂੰ ਮੂਹਰ ਲਾਉਣ ਵੀ ਦੱਸਣਾ ਪੂਰਾ। ਵਿਆਹ 'ਤੇ ਤਾਂ ਆਪਾਂ ਵਧੀਆ ਹੋਏ ਸੀ ਲਾਵਾਂਗੇ, ਉਹਨਾਂ ਨੇ ਕਿਹੜਾ ਕੋਈ ਡਿਮਾਂਡ ਰੱਖੀ ਹੋਈ ਆ। ਚੱਲ ਜੇ ਡਿਮਾਂਡ ਨਹੀਂ ਰੱਖੀ ਫਿਰ ਆਪਾਂ ਨੂੰ ਲਾਉਣਾ ਤਾਂ ਪੈਣਗੇ ਨਾ, ਵਿਆਹ ਤਾਂ ਵਧੀਆ ਕਰਨਾ ਪਊ। ਆਪਾਂ 2-4 ਲੱਖ ਵੱਧ ਲਾ ਦਾਂਗੇ, ਜੇ 5 ਲੱਗੂ ਤਾਂ 7 ਲਾ ਦਾਂਗੇ। ਚੱਲ ਸੁਣੋ ਮੇਰੀ, 5-7 ਲੱਖ ਤਾਂ ਪੈਲਸ ਰੋਟੀ ਪਾਣੀ 'ਚ ਲੱਗ ਜੂਗਾ, ਘੱਟੋ ਘੱਟ ਆਪਾਂ ਨੂੰ 15-18 ਲੱਖ ਦਾ ਅਰੇਂਜਮੈਂਟ ਕਰਨਾ ਪਊ। 15-18 ਲੱਖ ਇੰਨੇ ਪੈਸੇ ਆਪਾਂ ਕੀ ਕਰਨੇ ਨੇ? ਜੇ ਆਪਾਂ ਇਕੱਲਾ ਇਕੱਲਾ ਸਮਾਨ ਖਰੀਦ ਕੇ ਦੇਣ ਲੱਗ ਗਏ, ਫਰਿੱਜ, ਏਸੀ ਅਤੇ ਬਾਕੀ ਸਾਰਾ ਸਮਾਨ ਹੋ ਗਿਆ, 2-4 ਲੱਖ ਤਾਂ ਇਹਦੀ ਲੱਗ ਜਾਣਾ ਗਾ। ਆਪਾਂ ਗੱਲ ਕਰਦੇ ਹਾਂ ਗੱਡੀ ਦੇ ਸੋਨੇ ਦਾ, 11 ਲੱਖ ਰੁਪਇਆ ਕਹਿ ਦੇ ਰਿਹਾ, 5-7 ਲੱਖ ਰੁਪਇਆ ਰੋਟੀ 'ਤੇ ਲੱਗ ਜੂਗਾ। ਉਹ ਯਾਰ 18-15 ਲੱਖ ਕਹਿਣਾ ਹੀ ਸੌਖਾ, ਅਰੇਂਜਮੈਂਟ ਕਰਨਾ ਬਹੁਤ ਔਖਾ, ਆਪਾਂ ਐਵੇਂ ਕਰਾਂਗੇ ਸਾਰਾ ਹੀ 10 ਲੱਖ ਦੇ ਦਾਂਗੇ। ਬਾਈ ਕਿਆ ਗੱਲ ਕਰਦੇ ਹੋ, ਤੂੰ ਤਾਂ ਮੇਰੀ ਬੇਇੱਜ਼ਤੀ ਕਰਾਉਣ ਵਾਲਾ ਕੰਮ ਕਰ ਦੋਂਗੇ, ਮੈਂ ਅਗਲੇ ਨੂੰ ਕਹੀ ਬੈਠਾ ਵੀ ਵਧੀਆ ਵਿਆਹ ਕਰਾਊਂਗਾ। ਇੰਨਾ ਨਹੀਂ ਅਸੀਂ ਅਰੇਂਜਮੈਂਟ ਕਰ ਸਕਦੇ, ਫਿਰ ਤਾਂ ਤੁਸੀਂ ਜਵਾਬ ਹੀ ਦੇ ਦਿਓ। ਨਾ ਨਾ ਪੁੱਤ, ਜਵਾਬ ਕਾਹਨੂੰ ਦੇਣਾ, ਇੰਨਾ ਵਧੀਆ ਤਾਂ ਰਿਸ਼ਤਾ। ਤੂੰ ਮੇਰੀ ਗੱਲ ਸੁਣ ਭਾਈ ਦਵਿੰਦਰ ਸਿਆ, ਤੂੰ ਥੋੜ੍ਹੇ ਬਹੁਤੇ ਪੈਸੇ ਘਟਾ ਲਾ ਉਹਨਾਂ ਤੋਂ। ਗੱਲ ਸੁਣ ਚਾਚੀ ਮੇਰੀ, 50,000 ਲੱਖ ਤਾਂ ਘਟਾ ਸਕਦਾ, ਜੇ ਆਪਾਂ 11 ਦੇਣਾ 10 ਦੇ ਦਾਂਗੇ, ਰੋਟੀ ਪਾਣੀ 7 ਲਾਉਣਾ ਸਹੀ ਲਾ ਦਾਂਗੇ, ਹੋਰ ਨਹੀਂ ਭਾਈ ਕਰ ਸਕਦਾ ਮੈਂ ਕੋਈ। ਚੱਲ ਕਰ ਦਾਂਗੇ ਔਖੇ ਸੌਖੇ ਭਾਈ, ਤੂੰ ਗੱਲ ਕਰਕੇ ਵਿਆਹ ਦਿਨ ਰਖਵਾ ਦੇ, ਧੀ ਦੀ ਜ਼ਿੰਦਗੀ ਦਾ ਸਵਾਲ ਹੈ। ਚੱਲ ਠੀਕ ਹੈ ਚਾਚੀ, ਚੱਲਦਾ ਮੈਂ। ਚੰਗਾ ਭਾਈ, ਠੀਕ।
ਮੰਮੀ ਜਦੋਂ ਉਹਨਾਂ ਨੇ ਕੁਛ ਮੰਗਿਆ ਹੀ ਨਹੀਂ ਫਿਰ ਆਪਾਂ ਇੰਨੇ ਪੈਸੇ ਕਿਉਂ ਲਾਉਣੇ ਨੇ? ਇਹ ਤਾਂ ਆਪਦੀ ਫੁਕਰੀ ਵਧਾਉਣ ਦਾ ਮਾਰਾ ਐਵੇਂ ਹੀ ਕਹੀ ਜਾਂਦਾ। ਮੈਨੂੰ ਤਾਂ ਲੱਗਦਾ 2-4 ਲੱਖ ਤਾਂ ਇਹਨੇ ਆਪਦਾ ਹੀ ਕਰ ਰੱਖਿਆ ਹੋਣਾ। ਬਹੁਤ ਲਾਲਚੀ ਬੰਦਾ ਇਹ, ਇਹ ਤਾਂ ਮਰੇ ਦੇ ਮੂੰਹ 'ਚੋਂ ਰੁਪਈਆ ਕੱਢਣ ਵਾਲਾ ਬੰਦਾ। ਪੁੱਤ ਗੱਲ ਐਂ ਹੈ, ਆਪਣੀ ਕੁੜੀ ਦਾ ਵੀ ਰੰਗ ਸਾਵਲਾ, ਕੋਈ ਮੁੰਡਾ ਰਿਸ਼ਤਾ ਲੈਣ ਨੂੰ ਤਿਆਰ ਨਹੀਂ ਸੀ, ਹੁਣ ਇਹਨੇ ਚੱਜ ਦਾ ਰਿਸ਼ਤਾ ਤਾਂ ਕਰਵਾਤਾ, ਇਹ ਤਾਂ ਹੁਣ ਪੁੱਤ ਆਪਾਂ ਨੂੰ ਖਰਚ ਕਰਨਾ ਹੀ ਪਊਗਾ। ਲੱਖ ਖਰਚ ਕਰਨਾ ਪਊ, ਤੁਸੀਂ ਤਾਂ ਐਵੇਂ ਡਰੇ ਫਿਰਦੇ ਹੋ, ਬਥੇਰੇ ਮੁੰਡੇ ਬਥੇਰੇ ਰਿਸ਼ਤੇ।